ਹੱਥਾਂ 'ਚ ਫੜੇ ਬਿਜਲੀ ਦੇ ਇਹਨਾਂ ਬਿੱਲਾਂ ਨੇ ਪਿੰਡ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਨੀਂਦ ਉੱਡੇ ਵੀ ਕਿਉਂ ਨਾ, ਬਿਜਲੀ ਵਿਭਾਗ ਨੇ ਇਹਨਾਂ ਨੂੰ ਬਿਜਲੀ ਦੇ ਬਿੱਲ ਭੇਜ ਕੇ ਜ਼ੋਰਦਾਰ ਝਟਕਾ ਜ ਦਿੱਤਾ ਹੈ। ਪਿੰਡ ਕੋਟ ਸੁਖੀਆ ਦੇ ਰਹਿਣ ਵਾਲੇ ਇਹਨਾਂ ਗਰੀਬ ਲੋਕਾਂ ਨੂੰ ਬਿਜਲੀ ਵਿਭਾਗ ਨੇ ਵੱਡੇ ਵੱਡੇ ਬਿਜਲੀ ਦੇ ਬਿੱਲ ਭੇਜੇ ਨੇ। 30 ਤੋਂ 40 ਦੇ ਕਰੀਬ ਗਰੀਬ ਪਰਿਵਾਰਾਂ ਨੂੰ 90,000, 60,000, 48,000 ਤੇ 22,000 ਦੇ ਬਿਜਲੀ ਦੇ ਬਿੱਲ ਭੇਜੇ ਗਏ ਨੇ, ਜਿਨ੍ਹਾਂ ਨੂੰ ਦੇਖ ਕੇ ਪਿੰਡ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਉਹ ਕਿਸ ਤਰ੍ਹਾਂ ਇਹ ਬਿੱਲ ਭਰਨਗੇ। ਕਦੋਂ ਆਇਆ ਹੈ ਬਿਜਲੀ ਦਾ ਬਿੱਲ? 98,000 ਰੁਪਏ ਆਇਆ ਪਿਆ ਜੀ। ਕਿੰਨੇ ਬਲਬ ਹੈ, ਕੀ ਕਿਹੋ ਜਿਹਾ ਤੁਹਾਡਾ ਪਰਿਵਾਰ? ਦੋ ਤਿੰਨ ਬਲਬ ਚੱਲਦੇ ਆ ਜੀ ਤੇ ਦੋ ਪੱਖੇ ਆ ਜੀ। ਬਿੱਲ ਫਿਰ ਵੀ ਇੰਨਾ ਹੈ? ਫਿਰ ਵੀ ਇੰਨਾ ਹੀ ਆਉਂਦਾ ਜੀ ਬਿੱਲ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ, ਉਹਨਾਂ ਦੇ ਏਸੀ ਜਾਂ ਵੱਡੀਆਂ ਵੱਡੀਆਂ ਮੋਟਰਾਂ ਵੀ ਨਹੀਂ ਲੱਗੀਆਂ। ਇਸ ਦੇ ਬਾਵਜੂਦ ਇੰਨੇ ਮੋਟੀ ਮੋਟੀ ਰਕਮ ਦੇ ਬਿੱਲ ਭੇਜੇ ਗਏ ਨੇ। ਰੁਪਿਆ ਬਿੱਲ ਹੈ, ਪਿੰਡ ਅਸੀਂ ਕੋਟ ਸੁਖੀਆ ਤੋਂ ਬੋਲ ਰਹੇ ਹਾਂ, ਸਾਨੂੰ ਬਿੱਲ ਬਹੁਤ ਜ਼ਿਆਦਾ ਆ ਰਿਹਾ। ਸਾਡੇ ਕੋਈ ਏਸੀ ਨਹੀਂ, ਕੋਈ ਪੱਖਾ ਨਹੀਂ, ਕੁਛ ਨਹੀਂ, ਅਸੀਂ ਕੋਈ ਮੋਟਰ ਨਹੀਂ ਗਾ ਸਾਡੇ, ਅਤੇ ਸਾਨੂੰ ਬਿੱਲ ਬਹੁਤ ਜ਼ਿਆਦਾ ਆ ਰਿਹਾ। ਅਸੀਂ ਕੋਈ ਵੀ ਮੱਛੀ ਮੋਟਰ ਨਹੀਂ, ਕੁਛ ਨਹੀਂ ਸਾਡੇ, ਸਾਡੇ ਬਿੱਲ ਸਾਰੇ ਮਾਫ਼ ਹੋਣੇ ਚਾਹੀਦੇ, ਕੋਈ ਵੀ ਗਰੀਬ ਪਰਿਵਾਰ ਦੇ ਸਾਡੇ ਪਰਿਵਾਰ ਆ ਬਿਲਕੁਲ। ਅਤੇ ਸਾਡੇ ਪਿੰਡ ਦੇ ਵਿੱਚ ਜੋ ਲਾਈਟ ਆ ਰਹੀ ਹੈ ਅਤੇ ਵੱਧ ਤੋਂ ਵੱਧ ਬਿੱਲ ਆ ਰਿਹਾ ਗਰੀਬਾਂ ਦਾ, ਅਤੇ ਜੋ ਵੀ ਆਮਦਨ, ਜੋ ਗਰੀਬ ਤੋਂ ਗਰੀਬ ਆਮਦਨ ਹੋਣਾ ਜੀ, ਕੁਛ ਵੀ 80,000 ਰੁਪਇਆ ਸਾਲ ਦਾ ਵੱਧ ਤੋਂ ਵੱਧ ਹੋ ਸਕਦਾ, ਅਤੇ ਉਹਦੇ ਵਿੱਚ ਵੀ ਅਸੀਂ ਆਪਦੇ ਖਾਣਾ ਦਾਣਾ ਪੂਰਾ ਕਰੀਏ, ਕਿ ਆਪਦੇ ਬੱਚਿਆਂ ਦੀ ਪੜ੍ਹਾਈ ਕਰਾਈਏ, ਕਿ ਆਪਦਾ ਅਸੀਂ ਲੀੜਾ ਕੱਪੜਾ ਆਪਦਾ ਦੇਈਏ ਬੱਚਿਆਂ ਨੂੰ, ਅਤੇ ਅਸੀਂ ਬਿੱਲ ਭਰਦੇ ਹਾਂ ਅਤੇ ਬਿੱਲ ਭਰ ਸਕੀਏ ਕਿ ਅਸੀਂ ਬੱਚਿਆਂ ਦਾ ਖਾਣਾ ਦਾਣਾ ਪੂਰਾ ਕਰੀਏ। ਉੱਧਰ ਜਦੋਂ ਬਿਜਲੀ ਵਿਭਾਗ ਦੇ SDO ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸੰਬੰਧੀ ਪਿੰਡ ਦਾ ਕੋਈ ਵੀ ਵਿਅਕਤੀ ਉਹਨਾਂ ਕੋਲ ਸ਼ਿਕਾਇਤ ਲੈ ਕੇ ਨਹੀਂ ਆਇਆ। ਉਹਨਾਂ ਕਿਹਾ ਕਿ ਜੇਕਰ ਕੋਈ ਆਉਂਦਾ ਹੈ ਤਾਂ ਉਸਦਾ ਹੱਲ ਕੀਤਾ ਜਾਵੇਗਾ। ਨਹੀਂ, ਐਸਾ 'ਚ ਮੈਨੂੰ ਇਸ ਮਸਲੇ 'ਚ ਤੁਸੀਂ ਪਹਿਲੀ ਵਾਰੀ ਦੱਸ ਰਹੇ ਹੋ, ਮੈਨੂੰ ਇਸ ਰਿਗਾਰਡਿੰਗ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਜੇ ਕੋਈ ਕਿਸੇ ਦੀ ਪ੍ਰੋਬਲਮ ਹੈਗੀ ਹੈ ਮੇਰੇ ਕੋਲ ਦਫ਼ਤਰ 'ਚ ਆਉਣ, ਅਤੇ ਜੇ ਅਸੀਂ 5 ਮਿੰਟ 'ਚ ਉਹਨਾਂ ਦਾ ਮਸਲਾ ਹੱਲ ਕਰਕੇ ਦੇਵਾਂਗੇ। ਪਹਿਲਾਂ ਵੀ ਕੋਈ ਜਿਹੜੇ ਵੀ ਕੋਈ ਇਹੋ ਜਿਹੇ ਬਿੱਲ ਹਾਈਕਸ ਆਏ ਆ ਸਾਡੇ ਕੋਲ, ਅਸੀਂ ਤਕਰੀਬਨ ਸਾਰੇ ਕੇਸ ਸੋਲਵ ਕਰਕੇ ਦਿੱਤੇ ਆ। ਭਾਵੇਂ ਅਧਿਕਾਰੀ ਸ਼ਿਕਾਇਤ ਮਿਲਣ ਤੋਂ ਬਾਅਦ ਸਮੱਸਿਆ ਦੇ ਹੱਲ ਦਾ ਭਰੋਸਾ ਦੇ ਰਹੇ ਨੇ, ਪਰ ਬਿਜਲੀ ਵਿਭਾਗ ਨੇ ਗਰੀਬ ਇਹਨਾਂ ਪਰਿਵਾਰਾਂ ਨੂੰ ਜ਼ੋਰਦਾਰ ਝਟਕਾ ਦਿੱਤਾ। ਫਰੀਦਕੋਟ ਤੋਂ ਜਗਤਾਰ ਦਸਾਂਝ, ਝਟਪਾਣੀ TV।